सत श्री अकाल दोस्तों, LDD TV ਦੇ ਤੁਹਾਡਾ ਬਹੁਤ ਸਵਾਗਤ ਹੈ। ਮੇਰਾ ਨਾਮ ਬਲਰਾਜ ਸਿੰਘ। ਦੋਸਤੋ, ਅੱਜ ਦੀ ਵੀਡੀਓ ਹੈ ਟਵਿੱਟਰ ਬਾਰੇ। ਇਸ ਵੀਡੀਓ ਵਿੱਚ ਤੁਸੀਂ ਸਿੱਖੋਗੇ ਕਿ ਟਵਿੱਟਰ ਤੇ ਤੁਸੀਂ ਕਿਵੇਂ ਅਕਾਊਂਟ ਬਣਾ ਸਕਦੇ ਹੋ, ਕਿਵੇਂ ਟਵੀਟ ਜਾਂ ਰੀਟਵੀਟ ਕਰ ਸਕਦੇ ਹੋ। ਸੋ ਇਹ ਪੂਰੀ ਜਾਣਕਾਰੀ ਲੈਣ ਦੇ ਲਈ ਤੁਸੀਂ ਇਸ ਵੀਡੀਓ ਵੇਖ ਦੇਣਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ। ਸੋ ਸ਼ੁਰੂਆਤ ਕਰਦੇ ਹਾਂ ਇਸ ਵੀਡੀਓ ਦੀ। ਦੋਸਤੋ, ਟਵਿੱਟਰ ਤੇ ਅਕਾਊਂਟ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਟਵਿੱਟਰ ਨੂੰ ਇੰਸਟਾਲ ਕਰਾਂਗੇ। ਸੋ ਪਲੇ ਸਟੋਰ ਨੂੰ ਓਪਨ ਕਰਾਂਗੇ। ਜੇਕਰ ਤੁਹਾਡੇ ਕੋਲ ਆਈਫੋਨ ਹੈ ਤਾਂ ਤੁਸੀਂ ਐਪ ਸਟੋਰ ਨੂੰ ਓਪਨ ਕਰਕੇ ਸਰਚ ਬਾਕਸ ਵਿੱਚ ਜਾ ਕੇ ਟਵਿੱਟਰ ਸਰਚ ਕਰੋਗੇ। ਟਵਿੱਟਰ ਸਰਚ ਕਰਨ ਤੋਂ ਬਾਅਦ ਤੁਸੀਂ ਸਰਚ ਦੇ ਉੱਪਰ ਕਲਿੱਕ ਕਰੋਗੇ ਅਤੇ ਟਵਿੱਟਰ ਦੇ ਉੱਪਰ ਕਲਿੱਕ ਕਰ ਦਿਓਗੇ। ਇਸ ਤੋਂ ਬਾਅਦ ਇੰਸਟਾਲ ਬਟਨ ਉੱਪਰ ਕਲਿੱਕ ਕਰੋਗੇ ਅਤੇ ਟਵਿੱਟਰ ਇੰਸਟਾਲ ਹੋਣ ਲੱਗ ਜਾਵੇਗਾ। ਟਵਿੱਟਰ ਇੰਸਟਾਲ ਹੋਣ ਤੋਂ ਬਾਅਦ ਤੁਸੀਂ ਓਪਨ ਬਟਨ ਉੱਪਰ ਕਲਿੱਕ ਕਰੋਗੇ। ਇਸ ਤਰ੍ਹਾਂ ਟਵਿੱਟਰ ਐਪ ਤੁਹਾਡੇ ਮੋਬਾਈਲ ਦੇ ਵਿੱਚ ਓਪਨ ਹੋ ਜਾਵੇਗਾ। ਅਕਾਊਂਟ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਕ੍ਰੀਏਟ ਅਕਾਊਂਟ ਦੇ ਉੱਪਰ ਕਲਿੱਕ ਕਰੋਗੇ। ਫਿਰ ਤੁਸੀਂ ਆਪਣਾ ਨਾਮ ਭਰੋਗੇ। ਉਸ ਤੋਂ ਬਾਅਦ ਤੁਸੀਂ ਇੱਥੇ ਆਪਣਾ ਫੋਨ ਨੰਬਰ ਭਰੋਗੇ। ਜੇਕਰ ਆਪਣਾ ਫੋਨ ਨੰਬਰ ਨਹੀਂ ਭਰਨਾ ਚਾਹੁੰਦੇ ਤਾਂ ਤੁਸੀਂ ਈਮੇਲ ਵੀ ਇੱਥੇ ਯੂਜ਼ ਕਰ ਸਕਦੇ ਹੋ। ਸੋ ਈਮੇਲ ਯੂਜ਼ ਕਰਨ ਦੇ ਲਈ ਤੁਸੀਂ ਵੇਖ ਸਕਦੇ ਹੋ ਲਿਖਿਆ ਹੋਇਆ ਹੈ ਥੱਲੇ ਯੂਜ਼ ਈਮੇਲ ਇਨਸਟੈਡ। ਤੁਸੀਂ ਉਸ ਉੱਪਰ ਕਲਿੱਕ ਕਰੋਗੇ ਅਤੇ ਹੁਣ ਆਪਣੇ ਤੁਸੀਂ ਇੱਥੇ ਈਮੇਲ ਭਰ ਸਕਦੇ ਹੋ। ਅਤੇ ਜੇਕਰ ਨੰਬਰ ਭਰਨਾ ਚਾਹੁੰਦੇ ਹੋ ਤਾਂ ਯੂਜ਼ ਫੋਨ ਇਨਸਟੈਡ ਦੇ ਉੱਪਰ ਦੁਬਾਰਾ ਕਲਿੱਕ ਕਰ ਸਕਦੇ ਹੋ। ਸੋ ਇਸ ਤਰ੍ਹਾਂ ਈਮੇਲ ਜਾਂ ਨੰਬਰ ਤੁਸੀਂ ਦੋਵੇਂ ਭਰ ਸਕਦੇ ਹੋ। ਸੋ ਜੀਮੇਲ ਫਿਲ ਕਰਨ ਤੋਂ ਬਾਅਦ ਤੁਸੀਂ ਆਪਣੀ ਡੇਟ ਆਫ ਬਰਥ ਫਿਲ ਕਰੋਗੇ। ਅਤੇ ਨੈਕਸਟ ਉੱਪਰ ਕਲਿੱਕ ਕਰ ਦੇਵੋਗੇ। ਇਸ ਤੋਂ ਬਾਅਦ ਟਵਿੱਟਰ ਤੁਹਾਡੇ ਕੋਲੋਂ ਇੱਕ ਪਰਮਿਸ਼ਨ ਮੰਗੇਗਾ ਕਿ ਜੇਕਰ ਤੁਸੀਂ ਆਪਣਾ ਡਾਟਾ ਟਰੈਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਉੱਪਰ ਟਿਕ ਕਰ ਸਕਦੇ ਹੋ। ਟਰੈਕ ਦਾ ਭਾਵ ਹੈ ਕਿ ਜੋ ਵੀ ਤੁਸੀਂ ਟਵਿੱਟਰ ਦੇ ਉੱਪਰ ਸਰਚ ਕਰੋਗੇ ਉਹ ਡਾਟਾ ਸਾਰਾ ਟਵਿੱਟਰ ਕੋਲ ਚਲਾ ਜਾਵੇਗਾ। ਉਸ ਤੋਂ ਬਾਅਦ ਤੁਸੀਂ ਦੋਸਤੋ ਨੈਕਸਟ ਉੱਪਰ ਕਲਿੱਕ ਕਰੋਗੇ ਅਤੇ ਸਾਈਨ ਅਪ ਉੱਪਰ ਕਲਿੱਕ ਕਰ ਦੇਵੋਗੇ। ਇਸ ਤਰ੍ਹਾਂ ਤੁਹਾਡਾ ਅਕਾਊਂਟ ਬਣ ਜਾਵੇਗਾ। ਹੁਣ ਇੱਕ ਵੈਰੀਫਿਕੇਸ਼ਨ ਕੋਡ ਤੁਹਾਡੀ ਜੇਕਰ ਤੁਸੀਂ ਈਮੇਲ ਫਿਲ ਕੀਤੀ ਹੈ ਤਾਂ ਉੱਥੇ ਆਏਗਾ। ਜੇਕਰ ਤੁਸੀਂ ਫੋਨ ਨੰਬਰ ਫਿਲ ਕੀਤਾ ਹੈ ਤਾਂ ਤੁਹਾਨੂੰ ਇੱਕ SMS ਆ ਜਾਵੇਗਾ। ਉਹ ਵੈਰੀਫਿਕੇਸ਼ਨ ਕੋਡ ਤੁਸੀਂ ਇੱਥੇ ਭਰ ਦੇਣਾ ਹੈ ਅਤੇ ਨੈਕਸਟ ਉੱਪਰ ਕਲਿੱਕ ਕਰ ਦੇਣਾ ਹੈ। ਹੁਣ ਤੁਸੀਂ ਇੱਥੇ ਆਪਣਾ ਇੱਕ ਪਾਸਵਰਡ ਰੱਖੋਗੇ ਜੋ ਕਿ ਮਿਨੀਮਮ 8 ਕਰੈਕਟਰਾਂ ਦਾ ਹੋਣਾ ਚਾਹੀਦਾ ਹੈ। ਭਾਵ ਘੱਟੋ ਘੱਟ ਇੱਥੇ 8 ਕਰੈਕਟਰ ਤੁਸੀਂ ਫਿਲ ਕਰਨੇ ਨੇ ਅਤੇ ਪਾਸਵਰਡ ਰੱਖਣ ਤੋਂ ਬਾਅਦ ਤੁਸੀਂ ਨੈਕਸਟ ਉੱਪਰ ਕਲਿੱਕ ਕਰ ਦੇਣਾ ਹੈ। ਇਸ ਤੋਂ ਬਾਅਦ ਜੇਕਰ ਤੁਸੀਂ ਆਪਣੀ ਪ੍ਰੋਫਾਈਲ ਫੋਟੋ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਪਲੋਡ ਵਾਲੇ ਬਾਕਸ ਵਿੱਚ ਕਲਿੱਕ ਕਰਕੇ ਆਪਣੀ ਪ੍ਰੋਫਾਈਲ ਫੋਟੋ ਤੁਸੀਂ ਕਲਿੱਕ ਵੀ ਕਰ ਸਕਦੇ ਹੋ ਜਾਂ ਪੁਰਾਣੀਆਂ ਫੋਟੋਆਂ ਵਿੱਚੋਂ ਲੱਭ ਕੇ ਕੋਈ ਵੀ ਲਗਾ ਸਕਦੇ ਹੋ। ਜੇਕਰ ਤੁਸੀਂ ਪ੍ਰੋਫਾਈਲ ਫੋਟੋ ਨਹੀਂ ਲਗਾਉਣਾ ਚਾਹੁੰਦੇ ਹੋ, ਬਾਅਦ ਵਿੱਚ ਲਗਾਉਣਾ ਚਾਹੁੰਦੇ ਹੋ, ਤਾਂ ਇੱਕ ਹੋਰ ਆਪਸ਼ਨ ਆਉਂਦੀ ਹੈ ਸਕਿੱਪ ਫੋਰ ਨਾਓ। ਖੱਬੇ ਪਾਸੇ ਤੁਸੀਂ ਵੇਖ ਸਕਦੇ ਹੋ ਸਭ ਤੋਂ ਹੇਠਾਂ, ਉਸ ਉੱਪਰ ਕਲਿੱਕ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਡਿਸਕ੍ਰਾਈਬ ਯੂਅਰ ਸੈਲਫ, ਭਾਵ ਇੱਥੇ ਤੁਸੀਂ ਆਪਣਾ ਬਾਇਓ ਲਿਖਣਾ ਹੈ। ਤੁਸੀਂ ਜੋ ਵੀ ਇੱਥੇ ਲਿਖਣਾ ਚਾਹੁੰਦੇ ਹੋ ਲਿਖ ਸਕਦੇ ਹੋ। ਜੇਕਰ ਨਹੀਂ ਲਿਖਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਸਭ ਤੋਂ ਹੇਠਾਂ ਖੱਬੇ ਪਾਸੇ ਵੇਖ ਸਕਦੇ ਹੋ ਸਕਿੱਪ ਫੋਰ ਨਾਓ, ਉਸ ਉੱਪਰ ਕਲਿੱਕ ਕਰ ਸਕਦੇ ਹੋ। ਇਸ ਤੋਂ ਬਾਅਦ ਟਵਿੱਟਰ ਤੁਹਾਡੇ ਕੋਲੋਂ ਪਰਮਿਸ਼ਨ ਲੈ ਰਿਹਾ ਹੈ ਕਿ ਜੇਕਰ ਤੁਸੀਂ ਆਪਣੇ ਕੋਂਟੈਕਟ ਨੂੰ ਸਿੰਕ ਕਰਨਾ ਚਾਹੁੰਦੇ ਹੋ ਤਾਂ ਸਿੰਕ ਕੋਂਟੈਕਟ ਉੱਪਰ ਕਲਿੱਕ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਕੋਂਟੈਕਟ ਨੂੰ ਸਿੰਕ ਨਹੀਂ ਕਰਨਾ ਚਾਹੁੰਦੇ ਹੋ ਤਾਂ ਨੋਟ ਨਾਓ ਦੇ ਉੱਪਰ ਕਲਿੱਕ ਕਰ ਸਕਦੇ ਹੋ। ਦੋਸਤੋ, ਸਿੰਕ ਕਰਨ ਨਾਲ ਜਿਹੜੇ ਵੀ ਤੁਹਾਡੇ ਫੋਨ ਵਿੱਚ ਕੋਂਟੈਕਟ ਨੰਬਰ ਹੋਣਗੇ ਉਹ ਸਾਰੇ ਟਵਿੱਟਰ ਨਾਲ ਕਨੈਕਟ ਹੋ ਜਾਣਗੇ ਅਤੇ ਜੇਕਰ ਤੁਸੀਂ ਇਹ ਨਹੀਂ ਚਾਹੁੰਦੇ ਹੋ ਤਾਂ ਨੋਟ ਨਾਓ ਉੱਪਰ ਕਲਿੱਕ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਆਪਣੀ ਭਾਸ਼ਾ ਨੂੰ ਚੁਣਨਾ ਹੈ। ਤੁਸੀਂ ਮਲਟੀਪਲ ਭਾਸ਼ਾਵਾਂ ਵੀ ਚੁਣ ਸਕਦੇ ਹੋ। ਸੋ ਜਿਹੜੀ ਜਿਹੜੀ ਭਾਸ਼ਾ ਨੂੰ ਤੁਸੀਂ ਇੱਥੇ ਚੁਣਨਾ ਚਾਹੁੰਦੇ ਹੋ ਉਹ ਕਲਿੱਕ ਕਰਕੇ ਤੁਸੀਂ ਨੈਕਸਟ ਉੱਪਰ ਕਲਿੱਕ ਕਰੋਗੇ। ਹੁਣ ਜਿਹੜਾ ਵੀ ਤੁਹਾਡਾ ਇੰਟਰਸਟ ਹੈ ਉਹ ਤੁਸੀਂ ਇੱਥੇ ਸਰਚ ਕਰ ਸਕਦੇ ਹੋ ਜਾਂ ਜਿਹੜੇ ਸੁਜੈਸ਼ਨਸ ਤੁਹਾਨੂੰ ਦਿੱਤੀਆਂ ਗਈਆਂ ਉਹਨਾਂ ਵਿੱਚੋਂ ਤੁਸੀਂ ਇੱਥੇ ਆਪਣੇ ਇੰਟਰਸਟ ਭਰ ਸਕਦੇ ਹੋ। ਜੇਕਰ ਤੁਸੀਂ ਕੋਈ ਵੀ ਇੰਟਰਸਟ ਇੱਥੇ ਫਿਲ ਨਹੀਂ ਕਰਨਾ ਚਾਹੁੰਦੇ ਹੋ ਤਾਂ ਸਕਿੱਪ ਫੋਰ ਨਾਓ ਦੇ ਉੱਪਰ ਅਗੇਨ ਕਲਿੱਕ ਕਰ ਸਕਦੇ ਹੋ। ਸੋ ਆਪਣੇ ਇੰਟਰਸਟ ਦੇ ਹਿਸਾਬ ਨਾਲ ਤੁਸੀਂ ਇੱਥੋਂ ਕਲਿੱਕ ਕਰੋਗੇ। ਜੇਕਰ ਤੁਸੀਂ ਕਲਿੱਕ ਕੀਤਾ ਹੈ ਤਾਂ ਨੈਕਸਟ ਉੱਪਰ ਕਲਿੱਕ ਕਰੋਗੇ।
दोस्तों इस पेज पर तुहानू सजैशनस दित्तियां गईयां ने। जेकर तुसीं इन्हां सजैशनस विच्चों किसी भी प्रोफाइल नूं फॉलो करना चाहुंदे हो, जेकर तुसीं इन्हां नूं फॉलो करना चाहुंदे हो तो तुसीं फॉलो दे उपर क्लिक करके फॉलो कर सकते हो, नहीं तो तुसीं नैक्सट उपर क्लिक करके अगे जा सकते हो। इस तरह तुहाडा ट्विटर दे उपर अकाउंट बन के तैयार हो जाएगा। सो सब तो पहला ही सब तो उपर खब्बे पासे उपर क्लिक करांगे प्रोफाइल दे उपर जिथे तीन लाइनां बनियां होईयां ने, उस उपर क्लिक करने तो बाद तुसीं वेख सकते हो सब तो पहला तुहाडी प्रोफाइल फोटो शो होगी, उस तो बाद तुहाडा नाम शो होगा तो ट्विटर की आई डी शो होगी। तुसीं प्रोफाइल ऑप्शन के जाके अपनी प्रोफाइल दीयां सैटिंग नूं चेंज कर सकते हो। सैटअप फॉर प्रोफाइल के उपर क्लिक करोगे तो तुसीं अपलोड फोटो अपलोड कर सकते हो। सो सब तो पहला जिहड़ा बटन आउंदा है खब्बे पासे वो होम बटन है, इत्थे तुहानूं सारे ट्वीट शो होणगे जिन्हां नूं तुसीं फॉलो किया है उन्हां दे। तो होम बटन तो बाद आउंदा है सर्च बटन, इत्थे तुसीं किसी भी प्रोफाइल नूं सर्च कर सकते हो तो उसनूं फॉलो कर सकते हो। मैं सर्च करांगा तो उस प्रोफाइल के उपर क्लिक करके तुसीं देख सकते हो फॉलो लिखा आ रहा है, मैं फॉलो कर देवांगा। इस तरह वो प्रोफाइल फॉलो हो जाएगी तो उन्होंने सारे ट्वीट तुहानूं शो होने लग जाएंगे होम विच जाके। हुण मैं होम के उपर क्लिक करांगा, मैं जिहड़ी प्रोफाइल फॉलो की थी उसके ट्वीट शो होने लग पे हैं। सो इस तरह तुसीं किसी भी प्रोफाइल नूं सर्च विच जाके सर्च कर सकते हो तो उसनूं फॉलो कर सकते हो। उस तो बाद आता है नोटिफिकेशन बार। दोस्तों जिहड़े भी तुसीं ट्वीट पाए हो जेकर उन्हां ते कोई कमेंट आता है, जेकर उन्हां नूं कोई रीट्वीट करता है तो वह सारे इत्थे शो हो जाएंगे। जेकर तुसीं इसनूं राइट स्वाइप करोगे तो मैनशनस ऑप्शन आती है, जेकर तुहाडी प्रोफाइल नूं किसी ने मैनशन किया है तो वह इत्थे शो होगी। उस तो बाद आता है मैसेज, इत्थे तुहानूं जिहड़े भी मैसेज आउणगे जेकर तुहानूं कोई मैसेज करता है तो वह सारे मैसेज वाली ऑप्शन दे विच जाके शो हो जाएंगे। तो इस बॉक्स के उपर क्लिक करके तुसीं प्रोफाइल नूं सिलैक्ट करके नैक्सट ते जाके मैसेज उसनूं लिख भी सकते हो जिस भी व्यक्ति नूं तुसीं मैसेज लिखना चाहते हो। सो इस तरह तुसीं दोस्तों ट्विटर नूं यूज़ कर सकते हो। सो हुण मैं तुहानूं दसांगा कि तुसीं ट्वीट किवें पा सकते हो। तुसीं वेख सकते हो एक गोला जिहा शो हो रहा है, उस दे उपर तुसीं क्लिक करोगे तो इत्थे तुसीं कुछ भी लिख सकते हो जो भी तुसीं लिखना चाहते हो। सो जेकर तुसीं हैशटैग देना चाहते हो तो तुसीं कीबोर्ड तो हैश नूं सिलैक्ट करके जो भी तुसीं हैशटैग देना चाहते हो वो लिख सकते हो। इस तरह तुसीं वख-वख हैशटैग दे सकते हो। दोस्तों ट्विटर तो तुसीं वध तो वध 140 करैक्टर लिख सकते हो, उस तो वड्डी पोस्ट तुसीं ट्विटर ते नहीं बना सकते। जदों तुसीं ट्वीट दे उपर क्लिक करोगे तो तुहाडा ट्वीट पब्लिश हो जाएगा। तुसीं वेख सकते हो सब तो पहला उपर तुहाडा ट्वीट शो होने लग जाएगा। तुसीं अपनी प्रोफाइल के उपर क्लिक करके भी वेख सकते हो जिहड़े तुसीं ट्वीट पाए हुए ने। सो सब तो पहला जिथे ट्वीट लिखे हुआ है तुहाडे ट्वीट शो होंगे। ट्वीट एंड रिप्लाई में जाके तुसीं ट्वीट वेख सकते हो तो जिहड़े भी तुसीं रिप्लाई किए हुए ने वो तुहानूं इत्थे शो होंगे। जेकर तुहानूं कोई रिप्लाई करता है तो वह भी ट्वीट एंड रिप्लाई में जाके ही शो होंगे। मीडिया में वख-वख तरह का तुसीं फोटोस एंड मीडिया वेख सकते हो तो लाइक, जेकर तुहानूं कोई लाइक करता है तो वह इत्थे शो होगा। इस तरह तुसीं ट्विटर के उपर पोस्टां पा सकते हो, हैशटैग लगा सकते हो। जेकर तुसीं किसी ट्वीट ते कमेंट लिखना चाहते हो तो वह लिख सकते हो, तुसीं उसनूं सिलैक्ट करोगे तो कमेंट उपर क्लिक कर देवोंगे तो कोई भी कमेंट लिखना चाहते हो तो दे सकते हो। तुसीं हैशटैग भी इत्थे वर्त सकते हो जां उदां कैप्शन भी लिख सकते हो तो ट्वीट के उपर क्लिक कर देवोंगे। इस तरह तुसीं कमेंट कर सकते हो। जेकर तुसीं रीट्वीट करना चाहते हो तो तुसीं कमेंट वाली ऑप्शन तो अगे वाली ऑप्शन जिथे दो तीर बनाए हुए ने उस उपर क्लिक कर दोगे तो अपना जेकर तुसीं कोई कमेंट लिखना चाहते हो तो वह लिख सकते हो। तो रीट्वीट उपर क्लिक करके तुसीं किसी भी मैसेज नूं रीट्वीट कर सकते हो। उस तो बाद जेकर तुसीं इसनूं लाइक करना चाहते हो तो दिल वाले बटन के उपर क्लिक करके लाइक कर सकते हो। तो शेयर वाली ऑप्शन के उपर जाके तुसीं कॉपी लिंक कर सकते हो जां सीधा भी व्हाट्सएप फेसबुक ईमेल द्वारा शेयर कर सकते हो। सो इस तरह दोस्तों तुसीं ट्विटर ते पोस्ट पा सकते हो, कमेंट कर सकते हो, रीट्वीट कर सकते हो, लाइक कर सकते हो, शेयर कर सकते हो, हैशटैग वर्त सकते हो। सो तुसीं सब कुछ सीख लिया है। जेकर तुसीं ट्विटर का अकाउंट डिलीट करना चाहते हो तो तुसीं अगेन तीन लाइनां वेख सकते हो सब तो उपर खब्बे पासे उन्हां दे उपर क्लिक करोगे, सैटिंग एंड प्राइवेसी उपर क्लिक करोगे, उस तो बाद सब तो
उपर आता है अकाउंट लिखा उस उपर क्लिक करोगे तो सब तो हेठा लिखा आ रहा है डीएक्टिवेट योर अकाउंट। दोस्तों इस तरह ता ट्विटर का अकाउंट डीएक्टिवेट हो जाएगा। डीएक्टिवेट उपर क्लिक करके ताे को पासवर्ड मंगया जाएगा जो भी तेजे ट्विटर अकाउंट का है वह भर के तुम डीएक्टिवेट के उपर क्लिक करके तुम अपना ट्विटर अकाउंट डीएक्टिवेट कर सकते हो। सो दोस्तों यही अज की वीडियो, उम्मीद करता हाँ कि तुहानू यह वीडियो बहुत वधिया लगी होगी। वध तो वध लोगों तक यह वीडियो शेयर करो। जेकर तुसी इस चैनल पर नवे हो तो LDD TV नू सबसक्राइब करो ता जो तुहाडे कोल हर एक नवी वीडियो की जानकारी सब तो पहला पहुँच सके। मिलते हैं अगली वीडियो के विच। तुहाडा बहुत ही धन्यवाद।